ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ। ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਖਜਾਲਾ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਗਾਲਾ। ਇਸ ਘਰ 'ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਹੈ। ਟੋਟਲ 5 ਵੈਲਾਂ ਸੇਲ ਕਰ ਰਹੀਆਂ, ਤਾਜ਼ੀਆਂ ਸੂਈਆਂ ਸਾਰੀਆਂ, ਬਹੁਤ ਹੀ ਚੰਗੀਆਂ ਜੀ। ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ, ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ, ਸੂਏ ਸਵਾਏ ਪਸ਼ੂ ਨੂੰ 2 ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ। ਜਿਹੜਾ ਗੱਭਣ ਪਸ਼ੂ ਹੁੰਦਾ ਉਹਦੇ ਥਣ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ, ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ। ਆਪਾਂ ਗੱਲਬਾਤ ਕਰਾਵਾਂਗੇ ਭਾਜੀ ਹੋਣਾ ਨਾਲ, ਅਤੇ ਇਹਨਾਂ ਦੀ ਡਿਟੇਲ ਲਵਾਂਗੇ। ਅਤੇ ਇੱਕ ਹੋਰ ਬੇਨਤੀ ਆ ਜੀ, ਵੀਡੀਓ ਦੇ ਵਿੱਚ ਜਿਹੜਾ ਥੱਲੇ ਬੰਨੇ ਹੁੰਦਾ ਨੰਬਰ, ਨਾਮ ਲਿਖਿਆ ਹੁੰਦਾ ਵਾ, ਜਿਹੜੇ ਵੀਰ ਵੇਚਣ ਵਾਲਾ ਹੁੰਦਾ ਉਹਦਾ ਥੱਲੇ ਨੰਬਰ ਦਿੱਤਾ ਹੁੰਦਾ, ਉਹਨਾਂ ਨੂੰ ਫੋਨ ਕਰ ਸਕਦੇ ਹਾਂ, ਬੋਲ ਕੇ ਵੀ ਦੱਸਿਆ ਹੁੰਦਾ, ਉਹਨਾਂ ਨੂੰ ਫੋਨ ਕਰ ਲਿਆ ਕਰੋ ਜੀ। ਫੋਨ ਇੱਦਾਂ ਕਰਕੇ ਵੀਡੀਓ ਵੇਖਿਆ ਕਰਨ, ਜਿਹੜੇ ਵੀ ਵੀਰ ਵੇਂਦੇ ਆ। ਜੀ ਜੀ ਜੀ, ਇਹਦੇ 'ਚ ਵੱਡਾ ਛੋਟਾ ਡੰਗਰ ਸਾਰਾ ਕੁਝ ਪਤਾ ਲੱਗ ਜਾਂਦਾ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ, ਬਹੁਤ ਚੰਗਾ। ਕਿੰਨੇ ਪਸ਼ੂ ਸੇਲ ਕਰਨੇ ਜੀ? 5 ਹੈ ਜੀ, ਅੱਜ 5 ਪਸ਼ੂ ਸੇਲ ਕਰਨੇ। ਸਾਰੀਆਂ ਸੂਈਆਂ ਸਵਾਈਆਂ? 5 ਸੂਈਆਂ ਤੇ 5 ਕਾਲੀਆਂ ਡੱਬੀਆਂ ਜੀ। ਠੀਕ ਹੈ ਜੀ। ਖੀਰੀ ਖੀਰੀ ਦੋਂਦੀ ਇੱਕ ਪਹਿਲੇ ਨੰਬਰ ਤੇ ਆਊਗੀ ਜੀ। ਠੀਕ ਹੈ ਠੀਕ ਹੈ। ਤੇ ਦੂਜੇ ਨੰਬਰ ਤੇ ਦੂਜੇ ਸੂਏ ਆਊਗੀ ਜੀ, ਕੱਲ ਦੀ ਸੂਈ। ਠੀਕ ਆ। ਤੇ ਤੀਜੇ ਨੰਬਰ ਨੂੰ ਚੌਗੀ ਆ। ਅੱਛਾ, ਦੋਂਦੀ ਫੇਰ ਚੌਥੇ ਨੰਬਰ ਤੇ ਫੇਰ ਦੋਂਦੀ ਕੇ ਚੌਗੀ ਆ। ਠੀਕ ਆ। ਉਹ ਲਾਸਟ ਵਿੱਚ ਦੂਜਾ ਸੂਆ ਆ। ਦੁੱਧ ਕਿੱਥੋਂ ਕਿੱਥੋਂ ਤੱਕ ਆ? ਦੁੱਧ ਵਧੀਆ ਜੀ, ਉਹ ਜਿਹੜਾ ਇਹਨਾਂ ਦੇ ਕੋਲ ਜਿਹੜੀ ਆ ਪਰਸੋਂ ਦੀ ਸੂਈ ਆ ਦੋਂਦੀ ਵਿੱਚ। ਸ਼ੁਰੂਆਤ ਕਿੰਨੇ ਕਿਲੋ ਤੋਂ ਕਿੰਨੇ ਤੱਕ ਆ? 10 ਲੀਟਰ ਤੋਂ ਲੈ ਕੇ ਹਾਂਜੀ 18 ਲੀਟਰ ਤੱਕ ਹੈਗਾ ਜੀ। ਠੀਕ ਹੈ ਜੀ। ਨਾਮ ਦੱਸ ਦਿਓ ਜੀ ਆਪਣਾ। ਨਾਮ ਕਸ਼ਮੀਰ ਸਿੰਘ ਹੈ ਜੀ। ਹਾਂਜੀ। ਪਿੰਡ ਖਜਾਲਾ ਜੀ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਆ। ਤਹਿਸੀਲ ਬਾਬਾ ਬਕਾਲਾ ਜੀ। ਫੋਨ ਨੰਬਰ ਦੱਸ ਦਿਓ। ਫੋਨ ਨੰਬਰ ਹੈ ਜੀ 98-155 ਹਾਂਜੀ 35-68 ਜੀ। ਠੀਕ ਹੈ ਜੀ। ਤਾਂ ਆਪਣਾ ਮਾਲ ਪਹਿਲਾਂ ਕਿੱਥੇ ਕਿੱਥੇ ਚੱਲ ਗਿਆ? ਦੂਰ ਗਿਆ? ਦੂਰ ਗਿਆ, ਸਾਰਾ ਦੂਰ ਦਰਾਡੇ ਗਿਆ। ਮੇਰੇ ਭਰਾ 2 ਆਏ ਆ। ਹਾਂਜੀ। ਇਹ ਪਟਿਆਲੇ ਤੋਂ ਆ। ਆਜੋ ਆਜੋ ਭਾਜੀ, ਆਜੋ ਪਟਿਆਲੇ ਤੋਂ। ਇਸ ਤਰ੍ਹਾਂ ਮੇਰਾ ਵੀਰ ਆ। ਹਾਂਜੀ। ਇਹ ਵੀ ਦੇਵੀਦਾਸਪੁਰ ਤੋਂ, ਦੇਵੀਦਾਸ? ਹਾਂ, ਦੇਵੀਗੜ ਤੋਂ। ਜਿਲ੍ਹਾ ਪਟਿਆਲਾ, ਦੇਵੀਗੜ ਜ਼ਿਲ੍ਹਾ ਪਟਿਆਲਾ। ਠੀਕ ਹੈ ਜੀ। ਇਹਨਾਂ ਨੇ 2 ਗਾਂਜਾਂ ਖਰੀਦੀਆਂ ਨੇ। ਜੋੜਾ ਲਿਆ ਏ, ਜੋ ਆਖਿਆ ਏ ਕੋਈ ਨਿਕਲਿਆ ਏ। ਠੀਕ ਆ। ਓਕੇ ਆ ਨਾ, ਪਾਸ ਆ ਨਾ। ਜੋ ਦੱਸਿਆ ਉਹ ਪਟਿਆਲਾ ਉਹ ਆ ਬਣਨਗੇ। ਕੋਈ ਕਮੀ ਹੈਗੀ ਤਾਂ ਹੁਣੇ ਦੱਸ ਦਿਓ ਵੀਡੀਓ ਦੇ ਜਰੀਏ ਆਪਾਂ। ਮੈਂ ਵੀਡੀਓ ਦੇ ਜਰੀਏ ਬਾਕੀ ਵੀਰਾਂ ਨੂੰ ਪਤਾ ਲੱਗ ਜੂ ਜੇ ਕੋਈ ਕਮੀ ਹੈ। ਵੀਡੀਓ ਦੇ ਜਰੀਏ ਅਸੀਂ ਆਏ ਆ। ਹਾਂ, ਵੀਡੀਓ ਦੇ ਜਰੀਏ ਲਈਆਂ ਨੇ। ਫੇਸਬੁੱਕ ਤੇ ਵੀਡੀਓ ਵੇਖੀ ਸੀ? ਹਾਂ, ਫੇਸਬੁੱਕ ਤੇ। ਠੀਕ ਹੈ ਜੀ। ਬਾਕੀ ਇਹਨਾਂ ਨੇ ਚੋ ਕੇ ਪੰਡਰ ਸਾਹਿਬ ਵੇਖਿਆ ਹੋਣਾ, ਤਸੱਲੀ ਕਰ ਲਈ ਹੈ। ਮਨ ਖੁਸ਼ ਹੋ ਗਿਆ ਮੇਰੇ ਪੁੱਤ ਦਾ। ਠੀਕ 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 ਹੈ। ਸਾਰੇ ਭੈਣ ਭਰਾਵਾਂ ਦੇ ਲਈ ਬੇਨਤੀ ਆ ਵੀ ਸਾਰੇ ਜਿਹੜਾ ਵੀ ਡੰਗਰ ਲੈਣਾ ਦੋਵੇਂ ਟਾਈਮ ਚੋ ਕੇ ਤਸੱਲੀ ਕਰਕੇ ਫੇਰ ਮੇਰੇ ਘਰੋਂ ਲੈ ਕੇ ਜਾਣ। ਇਦਾਂ ਹੀ ਤਸੱਲੀ ਵੀਰ ਨੇ ਕਿ ਜੀ ਪਾਸ਼ਾ ਸਤਿਗੁਰੂ ਰਹਿਮਤਾਂ ਕਰਨ ਤੇ ਹਰ ਕਦੇ ਭਲਾ ਕਰਨ ਤੇ ਸਾਡੇ ਵੀ ਭਲਾ ਕਰੇ। ਜੀ ਜੀ ਠੀਕ ਹੈ। ਦੋ ਟਾਈਮ ਚੋ ਕੇ ਦਵਾਂਗੇ ਤਾਂ ਸਾਰਿਆਂ ਨੂੰ ਬਿਲਕੁਲ ਪਾਸ਼ਾ ਸੁਖ ਸ਼ਾਂਤੀ ਰੱਖੇ। ਬਿਲਕੁਲ ਬਿਲਕੁਲ। ਸ਼ੁਰੂਆਤ ਆਪਾਂ ਖੀਰੀ ਤੋਂ ਕਰੀਏ। ਹਾਂ ਜੀ, ਖੀਰੀ ਤੋਂ ਜੀ। ਖੀਰੀ ਵਸ਼ੀ ਦੁੱਧ ਕਿੰਨਾ? ਇਹ ਤਾਂ ਦੁੱਧ ਬੋਲਾ ਹੈਗਾ ਜੀ, 10 ਲੀਟਰ ਬਾਹਰ ਆ, 10 ਲੀਟਰ ਤੋਂ ਮਤਲਬ 10 ਲੀਟਰ ਲੱਗ ਕੇ ਚੱਲੋ ਜੀ। ਬੋਲਾ ਹੀ ਆ ਜੀ। ਬੋਲਾ ਜੀ, ਬੋਲੀ। ਬੱਚਾ ਕੀ ਮਗਰ ਆ ਜੀ? ਬੱਚਾ ਉਹ ਜਿਵੇਂ ਖਾ ਦੋ ਪੱਲੇ ਪੱਲੇ। ਆ ਵਸ਼ਾ? ਹਾਂ ਜੀ, ਵਸ਼ਾ। ਵਸ਼ਾ ਵੇਖੋ ਜੀ, ਵਸ਼ਾ ਬਹੁਤ ਸੋਹਣਾ ਵੇਖ ਸਕਦੇ ਆ। ਐ ਚੰਗਾ ਜੀ। ਦੇਣ ਕਿੰਨੇ ਹੋਏ ਸੂਈ ਨੂੰ? ਸੂਈ ਤਾਂ ਪਰਸੋਂ ਦੀ ਸੂਈ ਹੈ ਜੀ। ਪਰਸੋਂ ਦੀ ਸੂਈ ਹੈ। ਠੀਕ ਹੈ। ਥਾਣ ਥੁਣ ਓਕੇ ਆ ਜੀ? ਥਾਣ ਬੜਾ ਵਧੀਆ ਪਸ਼ਮ ਕੇ ਬੰਦਰ ਸਾਹਿਬ ਬਹੁਤ ਵਧੀਆ ਬਣਾਉਂਦੀ ਹੈ ਥਾਣ। ਠੀਕ ਹੈ ਜੀ। ਬਹੁਤ ਵਧੀਆ ਪਸ਼ਮ ਕੇ ਨਾ, ਪੂਰੀ ਕੁਆਲਿਟੀ ਦੀ ਹੈਗੇ। ਪੂਰੀ ਕੁਆਲਿਟੀ ਆ, ਇਹਦੇ ਗੁਣਾ ਦੀ ਗੁਠਲੀ ਆ। ਹਾਂ ਜੀ, ਅਮਰੂਤੀ ਠੰਡੀ ਸੀ ਦੀ ਆ ਜੀ। ਰੱਸੀ ਪਾ ਕੇ ਚਾਹੁੰਦੇ ਕਿਦਾਂ ਜੀ? ਰੱਸੀ ਪਾਉਣੀ ਪੈਂਦੀ ਹੈ ਜੀ, ਮੱਖੀ ਦਾ ਬਾਹਰ ਆ, ਮੱਖੀ ਰੱਸੀ ਪਾ ਲਈ ਚੰਗੀ ਜੀ। ਹੋਰ ਤੋਰੀਏ ਇਹਨੂੰ ਜੀ। ਲਓ ਜੀ, ਲਓ।
ਆ ਵੇਖੋ ਮੂੰਹ ਤੋਂ ਖੀਰੀ ਆ ਜੀ, ਖੀਰੀ ਆ ਜੀ, ਠੀਕ ਹੈ। ਤੋਰੋ ਵੀਰ ਜੀ ਤੋਰੋ, ਫੇਸ ਕੁਆਲਿਟੀ ਬੜੀ ਸੋਹਣੀ ਆ ਜੀ ਇਹਦੀ, ਕੁਆਲਿਟੀ ਪੂਰੀ ਆ, ਬਰੀਡ ਵਾਲੀ ਆ ਬੈਡ, ਵੇਖੋ ਜੀ ਬਾਕੀ ਹੈ ਵੀ ਪੂਰੀ ਐ ਕੈਮ ਆ, ਲੱਸੀ ਕੋਈ ਨੀ ਗੀ। ਲੰਮੀ ਤੋਰ ਵੀਰ ਕਰਾਂ ਮਾੜੀ ਜੀ, ਤੋਰ ਚੈੱਕ ਕਰੋ ਜੀ ਇਹਦੀ, ਮੋਰਨੀ ਵਰਗੀ ਤੋਰ ਸ਼ੌਕੀਨ ਬੰਦਾ ਨਾ, ਇੱਕ ਮਿੰਟ ਗੱਲ ਸੁਣੋ ਜੀ, ਘਲਾਰੀ ਯਾਰ, ਹਾਂਜੀ ਹਾਂਜੀ ਹਾਂਜੀ, ਸਫਾਈਆਂ ਬੜੀਆਂ, ਅੱਖਰ ਬੜੇ ਚੰਗੇ, ਬਹੁਤ ਵਧੀਆ ਬਰੀਡ ਆ, ਥਣਾ ਦੀ ਕੋਈ ਬਾਤ ਘਾਟ ਨੀ ਹੈਗੀ, ਮਾਣ ਤਾਣ ਕਰਾਂਗੇ, ਮਾਣ ਕਰਾਂਗੇ, 50000 ਬੰਦੇ ਨੂੰ ਕੋ ਕਰ ਲੂਗਾ ਕਰੂਗਾ ਜੀ, ਬਾਕੀ ਅਗਲੇ ਦੀ ਅੰਦਰ ਤੇ 40 ਵੀ ਹੁੰਦਾ, 40 ਦੇ ਦਾਂਗੇ ਜੀ, ਕੋਈ ਗੱਲ ਨਹੀਂ, ਦਾਦੇ ਨਹੀਂ ਵੇ ਲੋ ਮੁਕਰ ਨਾ ਜਾਇਓ ਮੁੜ ਕੇ, 40 ਦੇ ਦਾਂਗੇ, ਅੱਛੀ ਬੜੀ ਬ੍ਰਾਂਡਡ ਆ ਜੀ, ਇਹ ਤਾਂ ਮੈਂ ਨਾ ਕੋ ਲਾਗੇ ਬਨੇ ਰਵੇ ਨਾ ਕਿਤੇ ਫੇਰ ਦੂਜੇ ਸੂਏ ਲਾਵਾਂ, ਪਰ ਇਹ ਕੋਤੋਂ ਨਹੀਂ ਮਰੇ, ਪਰ ਇਹ ਤਾਂ ਤੋੜਦਾ ਯਾਰ, ਕੋਈ ਨਹੀਂ ਬੰਦ ਹੁਣ, ਬੰਦ ਬੰਦ ਉਹਦੇ ਤੋੜਦੇ ਤਾਂ ਜਾਣਦੇ ਨੂੰ, ਚਲ ਬੰਦ ਕੋਈ ਨਹੀਂ, 40000 ਦੀ ਗਾਂ ਦੇ ਦਾਂਗੇ, 40000 ਦੀ, ਹਾਂ ਜੀ ਬੱਚੀ ਦੇ, ਮੁੱਲ 55000 ਆ, ਠੀਕ ਮੌਕੇ ਤੇ ਕਰ ਦਿਓ ਛੋੜ, ਠੀਕ ਆ, ਲਾਗੇ ਬਨੇ ਲੈ ਜਾਓ, ਕੋਈ ਭੈਣ ਭਰਾ ਹੋ ਦੂਰ ਦਾ ਹੋਵੇ, ਕੋਈ ਭੈਣ ਭਰਾ ਫਿਰ ਆ, ਇਹ ਥਣ ਥਣ ਦੀ ਕੁਆਲਿਟੀ ਇੱਕ ਨਾ ਫੇਰ ਚੈੱਕ ਕਰ ਲਓ, ਕੁਛ ਮਾ ਕਰੀਏ ਨਾ ਫੇਰ ਵੇਖਣਾ ਵੀ ਥਣ ਕਿੱਥੋਂ ਕੱਢ ਗਿਆ, ਠੀਕ ਆ, ਬੱਚਾ ਵੀ ਪਿੱਛੇ ਬੱਚਾ ਆ ਗਿਆ, ਹਾਂ ਬੱਚਾ ਜੀ, ਠੀਕ ਹੈ, ਆ ਦੂਜੇ ਨੰਬਰ ਵਾਲੀ ਜਿਹੜੀ, ਇਹ ਦੂਜੇ ਨੰਬਰ ਵਾਲੀ ਤੁਹਾਨੂੰ ਦੱਸਿਆ ਉਹ ਪਹਿਲਾਂ ਬੇਨਤੀ ਕਰ ਗਏ ਆ, ਹੋ ਗਈ ਹੋ ਗਈ ਸੇਲ, ਹੋ ਗਈ ਦੋਵੇਂ ਹੋ ਗਈਆਂ, ਦੋਵੇਂ ਹੋ ਗਈਆਂ, ਆ ਦੋਵੇਂ ਸੇਲ ਹੋ ਗਈਆਂ, ਇਹਦਾ ਤਾਂ ਮਾਗੂ ਕਰੀਏ ਭੋਗ, ਠੀਕ ਹੈ, ਪਟਿਆਲੇ ਵਾਲੇ ਵੀਰਾਂ ਨੇ ਲੈ ਕੇ ਜਾਣੀਆਂ ਹਨਾ, ਪਟਿਆਲੇ ਵਾਲਿਆਂ ਨੇ ਆਹ ਫੜ ਲਓ, ਲੈ ਕੇ ਚੱਲਿਆ, ਆ ਵੇਖੋ ਜੀ, ਵੇਖ ਲਓ ਤੁਸੀਂ ਵੀਡੀਓ ਵੇਖ ਕੇ ਆਏ ਸੀ, ਇਹਦੇ ਬਾਰੇ ਦੱਸੋ ਭਾਈ, ਇਹ ਚੌਗੀ ਬੱਚੀ ਆ ਜੀ, ਮੂੰਹ ਤੇ ਚਾਰ ਦੰਦ, ਚਾਰ ਦੰਦ ਆ ਜੀ, ਠੀਕ ਆ, ਹਾਂ ਜੀ, ਤੇ ਕਿੰਨੇ ਦਿਨਾਂ ਦਾ ਸੂਆ, ਇਹ ਸੂਈ ਦਾ ਬੱਚਾ, ਦੇਖੋ ਜੀ ਬੱਚਾ, ਵਸ਼ੀ ਆ, ਵਸ਼ਾ ਜੀ, ਵਸ਼ਾ, ਚੌਥਾ ਦਿਨ ਸੂਈ ਨੂੰ, ਦੁੱਧ ਕਿੰਨਾ ਜੀ, ਦੁੱਧ ਕੋ 12 ਲੀਟਰ, ਅੱਛਾ ਬੋਲੀ ਆ ਜੀ, ਪੂਰੀ ਸ਼ਕੀਨ ਆ ਜੀ, ਇਹ ਵੀ ਕੱਦ ਕਾਠ ਵੱਡਾ ਹੀ ਆ ਇਹਦਾ ਵੀ, ਬੇਲ ਵੀ ਕਾਫੀ ਲੰਮੀ ਆ, ਆ ਵੇਖੋ ਜੀ, ਹਮਾਨਾ ਫਿਕਸ, ਇਹਦਾ ਵੀ ਫਿਕਸ ਆਰਡਰ ਵਾਲੀ ਆ, ਬੱਚਾ ਲਾਉਣਾ ਚਾਹੀਦਾ ਇਹ ਜੀ, ਬਹੁਤ ਵਧੀਆ ਬਣਾ, ਪਸਮ ਕੇ ਲੰਮਾ ਕਰਦੀ ਆ, ਇਹ ਗੱਲਾਂ ਨਹੀਂ ਗਿਆ, ਠੀਕ ਠੀਕ, ਖਾਣ ਮੁੱਠੀ ਦੀ ਜਵਾਲ ਵਾਲਾ ਹੈਗਾ, ਸੋਹਣਾ ਵਾ, ਵਾਹ ਵਧੀਆ ਜੀ, ਵਧੀਆ, ਹਾਂਜੀ, ਹੁਣ ਬੱਚੀ ਆ ਪਹਿਲਣੇ ਜੀ, ਠੀਕ ਆ, ਅਜੇ ਬੋਲਾ ਹੀ ਆ, ਫੇਰ ਦੇਖੋ ਅਜੇ ਬੋਲਾ, ਅਜੇ ਬੋਲਾ, ਕਿੰਨਾ ਕ ਦੁੱਧ ਚਵਾਈ, ਕਿੰਨਾ ਜਾਊ ਦੁੱਧ, ਠੀਕ 17-18 ਲੀਟਰ ਦੁੱਧ ਚਵਾ ਜੂਗੀ, ਮੂੰਹ ਤੋਂ ਚਾਰ ਦਾ ਦਾ, ਠੀਕ ਆ, ਥਣਾ ਦੀ ਕੋਈ ਬਾਤ ਘੱਟ ਨਹੀਂ ਹੈਗੀ, ਨਹੀਂ ਕੋਈ ਗੱਲ ਨੀ, ਆਪੇ ਲਾ ਲੂ ਆ ਕੇ, ਵੀਰ ਜਿਹੜੇ ਨੇ ਖਰੀਦਣੀ ਆ ਉਹਨੂੰ ਵੀ, ਜਿਹੜੇ ਵੀਰ ਨੇ ਖਰੀਦਣੀ ਉਹਨੂੰ ਵੀ ਥੋੜੀ ਜਿਹੀ ਮਿਹਨਤ ਕਰਨ ਦਈਏ ਆਪਾਂ, ਹੈ ਉਹ ਵੀ ਆਵੇ, ਹੱਥ ਹੁੱਥ ਲਾਵੇ, ਫੇਰ ਪਸਮਾ ਕੇ ਵੇਖੇ, ਇੱਦਾਂ ਵੀਡੀਓ ਤੇ ਕੀ ਪਤਾ ਲੱਗਣਾ, ਦੇਖੋ ਜੀ ਪਹਿਲਾਂ ਵੱਛੀ ਆ, ਹਾਂਜੀ, ਹਾਂਜੀ,
ਰੱਸੀ ਪਾਉਣ ਦੀ ਲੋੜ ਪੈਂਦੀ ਇਹਨੂੰ ਕਿ ਨਹੀਂ? ਠੀਕ ਆ, ਠੀਕ ਠੀਕ ਆ ਜੀ। ਤੇ ਮੁੱਲ ਕਿੰਨਾ ਕਰਨਾ ਜੀ? ਦੱਸੋ ਫਿਰ ਜਾਇਜ਼ ਜਿਹਾ। ਠੀਕ ਆ, ਛੋੜ ਕਿੰਨੀ ਕਰ ਦੇਣੀ ਆ? ਨਿੱਕੀ ਛੋੜ ਕੀ ਕਰਨੀ? 55,000 ਦੀ। 55,000 ਦੀ ਮੌਕੇ ਦੇ ਬਸ ਕਰੀਏ ਹੁਣ। ਬਾਕੀ ਵੀਰਾਂ ਦਾ ਜ਼ੋਰ ਆ, ਜਿਹਨੂੰ ਜਿਹਦਾ ਜ਼ੋਰ ਪੈ ਗਿਆ ਉਹ ਛੋਟ ਕਰਾ ਲੈ। ਕੀਮਤ ਕਿੰਨੀ ਕਰਾ ਲੈਣੀ ਅਗਲੇ ਨੇ? ਧੱਕਾ ਤੇ ਕਰ ਹੀ ਲੈਂਦੇ ਵੀਰ ਭਰਾ, ਬਹੁਤ ਸਿਆਣੇ ਆ। ਹੈਂ ਬੜੇ ਕਰ ਲੈਂਦੇ। ਤੁਹਾਡੀ ਤਾਂ ਨਹੀਂ ਚੱਲਣੀ ਜਦੋਂ ਵੀਡੀਓ ਵੇਖ ਕੇ ਆ ਗਏ ਅਗਲੇ। ਹੈਨਾ, ਦੱਸੋ ਫਿਰ ਜੈ ਜਿਆ। ਇਹ 55 ਦੀ ਹੋ ਗਈ ਜੀ। ਨਹੀਂ ਮੰਨਣਾ ਅੱਜ? ਨਹੀਂ ਜੀ, ਅੱਜ ਪਿੱਛੋਂ ਕਮਾਈ ਥੋੜੀ ਜਿਹੀ ਜੀ, ਕਮਾਈ ਰੱਖੀ ਆ। ਚਲੋ 1500 1500। ਬਾਕੀ ਜਿਹੜੇ ਵੀਰ ਨੂੰ ਪਸੰਦ ਹੋਵੇ ਆ ਕੇ ਧੱਕਾ ਕਰ ਲਿਓ, ਆ ਕੇ ਸਾਡੇ ਕੋਲ ਨਹੀਂ ਮੰਨਿਆ। ਆ ਵੇਖੋ ਜੀ, ਧੱਕਾ ਤੁਸੀਂ ਕਰਨਾ ਜੀ ਆ ਕੇ 55, ਜੋ ਜਿੰਨੀ ਹੋ ਸਕਿਆ ਛੋਟ ਜ਼ਰੂਰ ਕਰਾ ਲਿਓ। ਇਹਦੇ ਬਾਰੇ ਦੱਸੋ ਜੀ, ਇਹ ਵੀ ਕਾਫੀ ਵੱਡੀ ਆ। 16 ਕਿਲੋ ਦੁੱਧ ਤਿਆਰ ਆ। ਸੂਆ ਕਿੰਨੇ ਦਿਨਾਂ ਦਾ ਜੀ? ਇਹਦਾ ਵੱਛੀ ਇਹਦੇ ਮਗਰ? ਕਿਹੜਾ ਵੱਛਾ ਇਹਦਾ? ਆਹ ਵਾਲਾ? ਠੀਕ ਹੈ ਜੀ, ਤੋਰੋ ਵੀਰ ਜੀ ਇਹਨੂੰ। ਆਹ ਵੇਖੋ ਜੀ, 16 ਕਿਲੋ ਦੁੱਧ ਤਿਆਰ ਆ ਇਹਦੇ ਕੋਲ। ਬਾਕੀ ਜੇ ਕੋਈ ਗੱਲ ਫੋਨ 'ਤੇ ਵੀਡੀਓ 'ਤੇ ਦੱਸਣ ਵਾਲੀ ਰਹਿ ਜੇ, ਨੰਬਰ ਆਪਾਂ ਦਿੱਤਾ ਹੁੰਦਾ ਵਾ, ਭਾਅ ਜੀ ਉਹਨਾਂ ਨੂੰ ਫੋਨ ਲਾ ਕੇ ਡਿਟੇਲ ਫੋਨ 'ਤੇ ਵੀ ਲੈ ਸਕਦੇ ਹਾਂ ਜੀ। ਅਤੇ ਆਹ ਵੇਖੋ, ਕੱਦ ਘਾਟ ਦੀ ਚੰਗੀ ਮਾਲ ਗਿਆ, ਖਾਣੇ ਦਾ ਵੀ ਚੰਗਾ ਲੱਗਾ ਜੀ। ਲੈ ਜਾਓ ਲੈ ਜਾਓ ਭਾਅ ਜੀ ਲੈ ਜਾਓ। ਕੋਈ ਨਹੀਂ ਕੋਈ ਨਹੀਂ ਕੋਈ ਨਹੀਂ। ਰੱਸੀ ਪਾਉਣ ਦੀ ਲੋੜ ਬਾਕੀ ਮੱਖੀ ਮੱਛਰ ਦਾ ਟਾਈਮ ਆ, ਰੱਸੀ ਪਾ ਹੀ ਲਵੇ ਗਾ ਜੀ। ਠੀਕ ਆ, ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ? ਅੱਛਾ ਵੀਰ, ਠੀਕ ਠੀਕ ਆ। ਤੇ ਮੁੱਲ ਕਿੰਨਾ ਕਰਨਾ ਜੀ? ਦੱਸੋ ਫੇ 55,000 ਦੀ। ਮੌਕੇ ਦੇ ਛੋੜ ਕਿੰਨੀ ਕਰਨੀ ਆ? 1000 ਕਰ ਦਿਓ ਵਿੱਚੋਂ। ਸੂਆ ਦਾ ਕਿਰਵਾ ਦੱਸਿਆ ਜੀ? ਦੂਜਾ ਸੂਆ। ਨਹੀਂ ਆਪਾਂ ਇਹ ਕੰਮ ਨਹੀਂ ਕਰਨਾ, ਆ ਕੇ ਬੰਦਾ ਆਪੇ ਆਪ ਚੋਵੇ, ਆਪਾਂ ਆਲਸੀ ਨਹੀਂ ਬਣਾਉਣਾ। ਵੀਰ ਭਰਾ ਜਿਹੜਾ ਵੀਡੀਓ ਵੇਂਦੇ ਆ ਨਾ ਭਾਜੀ, ਗੱਲ ਪਤਾ ਮੇਰੀ ਸੁਣੋ, ਜਿਹੜੇ ਵੀਰ ਭਰਾ ਵੀਡੀਓ ਵੇਂਦੇ ਆਪਾਂ ਉਹਨਾਂ ਨੂੰ ਆਲਸੀ ਨਹੀਂ ਹੋਣ ਦੇਣਾ, ਉਹਨਾਂ ਨੂੰ ਹਿੰਮਤੀ ਬਣਾਉਣਾ ਵਾ ਵੀ ਆ ਕੇ ਆਪ ਚੋ ਕੇ ਵੇਖਣ। ਆਪਾਂ ਵੀਡੀਓ ਦਿਖਾ ਦਾਂਗੇ ਬਾਲਟੀ ਭਰ ਕੇ, ਤੇ ਬਾਅਦ ਚ ਦੁੱਧ ਘੱਟ ਗਿਆ ਫੇਰ ਉਹਨਾਂ ਕਹਿਣਾ। ਦੁੱਧ ਤੇ ਇੱਕ ਗੱਲ ਹੈਗੀ, ਮੇਰੇ ਘਰੋਂ ਤਸੱਲੀ ਕਰਕੇ ਲੈ ਕੇ ਜਾਣ, ਅਗਲੇ ਘਰ ਜੇ ਕੋ ਪਾਊਗਾ ਨਾ ਜਾ ਕੇ ਤੇ ਪਿੰਡਰ ਸਾਹਿਬ ਮੁੜ ਕੇ ਦੁੱਧ ਕੀ ਹੋਣਾ? ਹਾਂਜੀ, ਸੇਵਾ ਦਾ ਦੁੱਧ ਆ ਜੀ ਜੀ ਜੀ, ਸੇਵਾ ਕਰੂਗਾ ਤੇ ਦੁੱਧ ਚੋਲੂਗਾ, ਨਹੀਂ ਤੇ ਅਗਲਾ ਜ਼ਿੰਮੇਵਾਰੀ ਸਮਝੇ ਆਪਣੀ ਆ ਕੇ ਚੋਵੇ ਜੋ ਹੈਗਾ ਨਾ ਦੇਈ ਜਾਣਾ ਜੀ। ਬਾਕੀ ਇਹ ਗਾਣ ਕੀ ਇਹ ਵੀ ਕਰੋ ਨਾ ਕਰਾ, ਦੁੱਧ ਫੇਰ ਕੀ ਫਾਇਦਾ ਹੋਇਆ? ਬਿਲਕੁਲ ਬਿਲਕੁਲ, ਕਰਨੀ ਕੋਈ ਗੱਲ, ਮੇਰਾ ਆ ਮੇਰੇ ਇਲਾਕੇ ਨਾਲੋਂ ਮੇਰਾ ਘੱਟ ਹੋਊਗਾ 10,000-5,000। ਮੈਂ ਕਹਿੰਦਾ ਆਪਾਂ ਨੇ ਜਾਇਜ਼ ਮੁੱਲ ਕਰ ਦੇਣੇ ਸੀ, ਸਾਰੇ ਭਰਾ ਸਿਆਣੇ ਆ, ਸਮਝ ਲੈਂਦੇ ਆ, ਦੇਖ ਲੈਂਦੇ ਡੰਗਰ ਚੈੱਕ ਕਰ ਲੈਂਦੇ ਆ ਜੀ। ਕਰਨੀ ਕੋਈ ਗੱਲਬਾਤ ਹੋਰ ਜੀ? ਹਾਂ ਜੀ, ਫਤਿਹ ਇੰਨੀ ਆ ਵੀ ਜੇ ਆਪਣੇ ਤਸੱਲੀ ਕਰਕੇ ਜਿਹੜਾ ਵੀ ਖਾਣੀ ਆ, ਹੁਣ ਅਗਲੇ 3 ਰਹਿ ਗਈਆਂ ਨੇ। 3 ਨਹੀਂ ਰਹਿ ਗਈਆਂ, 2 ਸੇਲ ਹੋ ਗਈਆਂ ਵਾ ਤਸੱਲੀ ਕਰਕੇ ਆਪਣੇ ਖਾਣੇ, ਤੇ ਗਈਆਂ ਪਟਿਆਲੇ ਆ ਉਹ।
ਉਹ ਵੀਰ ਵੀ ਆਪਾਂ ਦਿਖਾਤੇ ਆ ਪਟਿਆਲੇ ਵਾਲੇ। ਹਾਂਜੀ ਹਾਂਜੀ ਉਹਨੇ ਠੀਕ ਹੈ ਜੀ ਸਹੀ ਕੰਮ ਹੀ ਸਾਫ ਸਰ ਬਿਲਕੁਲ 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 ਜੀ ਸਾਫ ਕੰਮ ਕਰੀਏ ਸਾਰੇ ਰਿਸ਼ਤੇਦਾਰ ਭੈਣ ਭਰਾ ਬਣੇ ਰਹਿੰਦੇ ਆ ਸਾਫ ਕਰਦੇ ਆ ਤੇ ਬਾਰ ਬਾਰ ਵੀਡੀਓ ਪੈਂਦੀ ਹੈ ਉਤੋਂ ਕੁਝ ਤੇ ਵਿੱਚੋਂ ਫਿਰ ਮੁੜ ਕੇ ਕੁਝ ਗਾਲਾਂ ਵੀ ਕੱਢਦੇ ਆ ਸਾਫ ਕਰਦੇ ਆ ਤੇ ਬਾਰ ਬਾਰ ਵੀਡੀਓ ਪੈਂਦੀ ਹੈ ਜੇ ਮਾੜਾ ਕਰੋਗੇ ਵੀਡੀਓ ਨਹੀਂ ਪੈਣੀ ਮੁੜ ਕੇ ਹੁਣ ਉਹ ਭੈਣ ਭਰਾ ਬੈਠੇ ਉਹਨਾਂ ਨਾਲ ਕਰੋਗੇ। ਹਾਂਜੀ ਹਾਂਜੀ ਆ ਦੇਖੋ ਬੈਠੇ ਇੱਧਰ ਡਾਕਟਰ ਸਾਹਿਬ ਆ ਜਾਓ ਜੀ ਇੱਧਰ ਵੀ ਹਰ ਵੇਲੇ ਰੌਣਕ ਲੱਗੀ ਰਹਿੰਦੀ ਆ ਭਾਈ ਦੇ ਘਰ। ਠੀਕ ਹੈ ਸਤਿ ਸ੍ਰੀ ਅਕਾਲ ਜੀ। ਇਹਨਾਂ ਨੂੰ ਪਹਿਲਾਂ ਗੱਲ ਪਰ ਪੁੱਛੋ ਵੀ ਵਧੀਆ ਮਾਲ ਦਿੰਦੇ ਆ ਕਿੱਦਾਂ ਮਾਲ ਵਧੀਆ ਹੁੰਦਾ ਜੀ ਜਦੋਂ ਫੜਦੇ ਮੇਰੇ ਘਰ ਨੂੰ ਆ ਜਾਂਦੇ ਆ ਦੋ ਡੰਗਰ ਖੜੇ ਬੜੀ ਵਧੀਆ ਰਹਿੰਦੇ। ਠੀਕ ਹੈ ਠੀਕ ਹੈ ਚਲੋ ਵਧੀਆ ਉਸੇ ਹਿਸਾਬ ਨਾਲ ਤੋ ਵਧੀਆ ਵਧੀਆ ਹੁਣ ਤੁਸੀਂ ਆਏ ਆ ਆਪਣੀ ਤਸੱਲੀ ਕਰਕੇ ਲੈ ਜਾਓਗੇ ਨਾ ਸ਼ੱਕ ਮੁੱਕ ਜਾਂਦਾ ਵਾ ਆ ਬੜਾ ਵੀਰ ਆ ਸੂਰੋ ਪੱਡੇ ਤੋਂ ਮੈਥੇ ਲਾਗੋ। ਠੀਕ ਆ ਤੇ ਇਹਨੇ ਵੀ ਤਸੱਲੀ ਕਰ ਲਈ ਆ ਮੇਰੇ ਕੋਲ ਸੌਦਾ ਕਰਕੇ ਭੱਜ ਗਿਆ ਸੀਗਾ ਥੋੜਾ ਜਿਹਾ ਚਲੋ ਇਹ ਤਗੜਾ ਬੰਦਾ ਨਹੀਂ ਕੋਈ ਨੀ ਪਿਆਰ ਹੋਵੇ ਪਿਆਰ ਉੱਥੇ ਗੱਲ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਇਹਨੂੰ ਮੈਂ ਦੇ ਕੇ ਇਹਦੇ ਪੈਸੇ ਵਟਨੇ ਵਟਨੇ ਠੀਕ ਚਲੋ ਕੋਈ ਨੀ ਠੀਕ ਹੈ ਜੀ। ਟੋਟਲ ਪੰਜ ਸੀਗੀਆਂ ਜਿਨ੍ਹਾਂ ਵਿੱਚੋਂ ਦੋ ਚਲ ਗਈਆਂ ਪਟਿਆਲੇ ਆਹ ਤਿੰਨ ਰਹਿ ਗਈਆਂ ਤਿੰਨ ਵੀ ਬਹੁਤ ਸੋਹਣੀਆਂ ਸੁਨੱਖੀਆਂ ਵਾ ਆਹ ਬਹੁਤ ਹੀ ਬ੍ਰਾਂਡਡ ਪੀਸ ਲੱਗਾ ਜੀ ਚੰਗਾ ਸੋਹਣਾ ਆਹ ਵੀ ਚੰਗੀਆਂ ਸੋਹਣੀਆਂ ਜੀ ਸੂਈਆਂ ਸਵਾਈਆਂ ਹੈਗੀਆਂ ਆ ਕੇ ਦੋ ਟਾਈਮ ਦੀ ਚਵਾਈ ਕਰਕੇ ਤਸੱਲੀ ਕਰਕੇ ਲੈ ਕੇ ਜਾਇਓ ਜੀ ਤੁਸੀਂ ਪੈਸੇ ਖਰਚਣੇ ਆ ਤੁਹਾਡਾ ਫਰਜ਼ ਬਣਦਾ ਤਸੱਲੀ ਕਰਕੇ ਲੈ ਕੇ ਜਾਣ ਦਾ ਜੀ। ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ ਜੀ।